ख़वातीनो हज़रात, पाकिस्तान विच गज़ल दी गायकी विच दो नाँ बहुत ज़्यादा फेमस होए ने, एक मेहदी हसन, दूसरे गुलाम अली। मेहदी हसन साहब दे भी शागिर्द ने, गुलाम अली साहब दे भी, लेकिन गुलाम अली साहब दे शागिर्दां विचों जिस शागिर्द ने सब तो ज़्यादा नाम पैदा किया उन्हां दा नाम है फिदा हुसैन, जिहड़े कि गुज़श्ता 60 साल तो गज़ल गीत सूफियाना कलाम गा रहे हैं। फिदा हुसैन साहब बाकायदा शागिर्द उस्ताद सलामत अली खान, नज़ाकत अली खान और उस्ताद शौकत हुसैन खान की मौजूदगी गंढा बंद शागिर्द होए और 12 साल तक उन्होंने गुलाम अली साहब की शागिर्दी जिंदगी का एक हिस्सा गुजारिया। उस तो बाद अपने उस्ताद गुलाम अली साहब की इजाज़त के नाल उन्होंने बाकायदा गाना शुरू किया। यह सी छोटा जिहा एक तारफ। मैनू अचानक कल पता लगा कि वो जना हॉस्पिटल दाखिल ने और उन्होंने ऑपरेशन होया, तो मैं उन्होंने तिमारदारी वास्ते आया, तो छोटा जहा मैं इंटरव्यू किया, लेकिन वो ना मुकम्मल है क्योंकि उन्होंने तबीयत नसास सी, लेकिन जिन्ना भी इंटरव्यू होया वो मैं अपने दोस्तों नाजरीन शेयर कर रहा, खसूसन यदा मकसद से ताकि उन्होंने सेहतयाबी वास्ते दुआ की जाए। हो गई कि अरसा हो गया गाद ਤੁਹਾਨੂੰ ਗਾਉਂਦਿਆਂ ਕਿੰਨੀ ਦੇਰ ਹੋ ਗਈ ਹੈ? ਬੜੇ ਤਾਂ ਮੈਂ ਦੱਸ ਰਿਹਾ ਤੁਹਾਨੂੰ, ਮੈਂ ਕਿਹਾ 50 ਸਾਲ ਹੋ ਗਏ ਨੇ ਮੈਨੂੰ, 50 ਸਾਲ ਹੋ ਗਏ ਰੇਡੀਓ ਤੋਂ ਟੀਵੀ ਤੋਂ ਪ੍ਰੋਗਰਾਮ ਕਰਦੇ ਹਾਂ, 50 ਸਾਲ ਹੋ ਗਏ। ਅਤੇ ਪਹਿਲਾ ਗਜ਼ਲ ਗੀਤ ਤੁਸੀਂ ਰੇਡੀਓ ਤੋਂ ਗਾਇਆ ਕਿ ਟੀਵੀ ਤੋਂ? ਪਹਿਲਾ ਗਾਣਾ ਗਜ਼ਲ ਤੁਸੀਂ ਟੀਵੀ ਤੋਂ ਗਾਇਆ ਕਿ ਰੇਡੀਓ ਤੋਂ? ਨਹੀਂ ਰੇਡੀਓ ਤੋਂ, ਰੇਡੀਓ ਤੋਂ ਗਾਇਆ। ਅਤੇ ਆਪਣੇ ਉਸਤਾਦ ਗੁਲਾਮ ਅਲੀ ਸਾਹਿਬ ਦੀ ਕਿੰਨੀ ਕੁ ਤੁਸੀਂ ਸ਼ਾਗਿਰਦੀ 'ਚ ਰਹੇ ਹੋ, ਕਿੰਨੀ ਦੇਰ ਤੱਕ ਰਹੇ ਹੋ? 12-14 ਸਾਲ। 14 ਸਾਲ, ਯਾਨੀ ਕਿ ਉਦੋਂ ਤੁਹਾਡੀ ਸ਼ਾਦੀ ਵੀ ਨਹੀਂ ਸੀ ਹੋਈ ਜਦੋਂ ਤੁਸੀਂ ਉਹਨਾਂ ਦੀ ਸ਼ਾਗਿਰਦੀ 'ਚ ਆਏ ਹੋ? ਹਾਂ, 12-14 ਸਾਲ ਖਾਨ ਸਾਹਿਬ ਦੀ ਤੁਸੀਂ ਸ਼ੇਰ ਦੇ ਫਿਰ ਮੈਂ ਨਾ ਪਾ ਦਿਆ ਸੀ ਸੰਗੀਤ ਜਿਹੜੀ ਕੀਤੀ ਨਾ, ਹੋਰ ਬੁਲਾਇਆ ਸਾਰਿਆਂ ਨੂੰ, ਬੁਲਾ ਕੇ ਸ਼ੌਕਤ ਹੁਸੈਨ ਖਾਨ ਨੂੰ ਸਾਰਿਆਂ ਨੂੰ ਬੁਲਾ ਕੇ ਜਨਾਬ ਵਿੱਚ ਬਿਠਾ ਕੇ ਫਿਰ ਮੈਂ ਗਾਣਾ ਬਣਾਇਆ। ਕਿ ਉਸਤਾਦ ਸਲਾਮਤ ਖਾਨ, ਜ਼ਾਕਤ ਖਾਨ, ਉਸਤਾਦ ਸ਼ੌਕਤ ਹੁਸੈਨ ਖਾਨ ਨੂੰ ਬੁਲਾ ਕੇ ਅਤੇ ਤੁਸੀਂ ਬਕਾਇਦਾ ਫਿਰ ਗੰਢਾ ਬੰਦ ਖਾਨ ਸਾਹਿਬ ਦੇ ਸ਼ਗਿਰਦ ਹੋ? ਇਹਨਾਂ ਲੋਕਾਂ ਨੂੰ ਇਸ ਵਾਸਤੇ ਬੁਲਾਇਆ ਕਿ ਇਹ ਵੱਡੀ ਦੁਨੀਆ ਸਨ ਉਸ ਟਾਈਮ, ਨੋ ਡਾਊਟ ਉਸ ਟਾਈਮ ਦੇ ਵੱਡੇ ਲੋਕ ਸਨ। ਅਗਰ ਸੁਣਾਉਣ ਸਾਡਾ ਇੱਕ ਬੜਾ ਨਾਮ ਸੀ, ਬਿਲਕੁਲ ਸਹੀ, ਅਤੇ ਗੋਰੀਆ ਵੀ ਐਸੇ ਸਨ ਕਿਆ ਬਾਤ, ਅਤੇ ਹੁਣ ਤਾਂ ਉਹਨਾਂ ਨੂੰ ਮੈਂ ਕਹਿ ਰਿਹਾ ਸੀ, ਮੈਂ ਕਿਹਾ ਮੀਡੀਆ ਵਾਲੇ ਸੱਚ ਬੋਲਣ ਅਤੇ ਕੁਛ ਸੱਚ ਦਾ ਪ੍ਰਚਾਰ ਕਰੋ, ਇਹ ਚੋਗ ਜਿਹੜਾ ਇਹਨੇ ਠੀਕ ਚੱਲ ਰਿਹਾ। ਜਿਹੜੀ ਅੱਜ ਕੱਲ੍ਹ ਦੀ ਗਾਇਕੀ ਚੱਲ ਰਹੀ ਹੈ, ਇਸ ਗਾਇਕੀ ਦੇ ਮੁਤਲਕ ਤੁਹਾਡਾ ਕੀ ਖਿਆਲ ਹੈ ਜਾਂ ਕੀ ਸਿਸਟਮ ਹੈ? ਜਿਹੜੀ ਗਾਇਕੀ ਜਿਹੜੀ ਮੌਜੂਦਾ ਲੋਕ ਗਾ ਰਹੇ, ਜਿਹੜੀ ਮੌਜੂਦਾ ਗਾਇਕੀ ਚੱਲ ਰਹੀ ਹੈ, ਜਿਹੜੇ ਲੋਕ ਗਾ ਰਹੇ ਨੇ, ਇਹਦੇ ਮੁਤਲਕ ਤੁਹਾਡੀ ਕੀ ਰਾਏ? ਇਹ ਜਿਹੜੇ ਹੋਰ ਗਾ ਰਹੇ? ਹਾਂਜੀ, ਨਹੀਂ ਇਹ ਗਾਇਕੀ ਨਹੀਂ ਹੈਗੀ, ਇਹ ਤਾਂ ਸਿਰਫ ਸਿਆਪਾ ਹੈਗਾ। ਸਹੀ ਗੱਲ, ਇਹ ਗਾਇਕੀ ਨਹੀਂ, ਬਿਲਕੁਲ ਸਹੀ, ਇਹ ਸਿਆਪਾ। ਹਾਂ, ਗਾਇਕੀ ਆਰਗਨਾਂ ਦਈਏ ਅਤੇ ਉਹ ਹੈ ਨਾ, ਬਿਲਕੁਲ ਸਹੀ। ਤੁਹਾਨੂੰ ਇਹ ਪਾਕਿਸਤਾਨ ਵਿੱਚ ਗਾਇਕੀ ਸਭ ਤੋਂ ਜ਼ਿਆਦਾ ਕਿੰਨੀ ਅੱਛੀ ਲੱਗਦੀ ਹੈ? ਪਾਕਿਸਤਾਨ ਵਿੱਚ ਗਾਇਕੀ ਸਭ ਤੋਂ ਜ਼ਿਆਦਾ ਅੱਛੀ ਕਿੰਨੀ ਗਾਇਕੀ ਹੈ ਤੁਹਾਡੇ ਹਿਸਾਬ ਨਾਲ? ਨਹੀਂ, ਪਾਕਿਸਤਾਨ ਵਿੱਚ ਗਾਇਕੀ ਬਹੁਤ ਅੱਛੀ, ਸਾਰਿਆਂ ਦੇ ਅੱਛੇ। ਇੱਕ ਅੱਧਾ ਤਾਂ ਨਾਂ ਦੱਸਣਾ ਪਵੇਗਾ ਨਾ ਤੁਹਾਨੂੰ, ਕੋਈ ਇੱਕ ਅੱਧਾ ਜਿਹੜਾ? ਨਹੀਂ, ਮਹਿਦੀ ਹਸਨ ਸਿੰਘ ਬਹੁਤ ਅੱਛੇ ਗਾਇਕ, ਬਿਲਕੁਲ ਸਹੀ, ਗੁਲਾਮ ਅਲੀ ਸਿੰਘ ਬਹੁਤ ਅੱਛੇ ਗਾਇਕ, ਗੁਲਾਮ ਅਲੀ, ਮਹਿਦੀ ਹਸਨ, ਸਲਾਮਤ ਅਲੀ ਖਾਨ, ਬਿਲਕੁਲ ਸਹੀ ਹੈ ਜੀ। ਅਤੇ ਫੀਮੇਲ 'ਚੋਂ, ਫੀਮੇਲ 'ਚੋਂ ਫਰੀਦਾ ਹਨਮ ਸਿੰਘ, ਬਿਲਕੁਲ ਸਹੀ, ਨੌਜਿਆਂ ਸਿੰਘ, ਕਿਆ ਬਾਤ ਹੈ, ਬਹੁਤ ਅੱਛੇ ਗਾਇਕ ਸਨ। ਬਾਕੀ ਇਹ ਪ੍ਰੋਗਰਾਮ ਤੁਹਾਨੂੰ ਦਿਖਾਉਣ ਦਾ ਮਤਲਬ ਇਹ ਸੀ ਕਿ ਇਸ ਵਕਤ ਉਹਨਾਂ ਦੀ ਕੀ ਹਾਲਤ ਹੈ, ਦੂਸਰਾ ਜਿਹੜਾ ਮਕਸਦ ਸੀ ਕਿ ਉਹਨਾਂ ਵਾਸਤੇ ਪਾਕਿਸਤਾਨ ਵਿੱਚ ਜਾਂ
इंटरनेशनल जिन्हें भी उन्होंने चाहन वाले ने क्लास डी बार्डर मुल्क ताकि उन्होंने वास्ते इन्नी दुआ मंगो कि अल्लाह ताला उन्होंने सेध दे क्यों कि गज़ल की गायकी उन्होंने नेमुल बदल मौजूदा सिंगर कौन ही। लिहाजा मेरी तमाम दोस्तों अजीज़ा अहबाब अगे उन्होंने चाहन वाले अगे गुजारिश है कि उन्होंने वास्ते इन्नी दुआ करो कि अल्लाह पाई तन पाक उन्होंने सेध दे लंबी उम्र दे ताकि दोबारा वो अपनी गज़ल गान का आगाज़ करन और सानू पाकिस्तानियों और बैरून मुल्क अपने चाहन वालों ज़्यादा तो ज़्यादा महसूस करन। वस्सलाम।